लो जी, साडे नाल डॉक्टर गुरजीत बाजवा होरी लाइन ते आ चुके ने। असीं तुहानूं दस्सिया सी जिस तरह जानकारी दित्ती सी कि गुरजीत बाजवा होरी साडे नाल मंडे नूं जुड़नगे। एक बड़ा अहम विशा जिहड़ा असीं वैसे तो कुछ पोलीटिशियनां नाल गल कर चुके हैं इस विषय दे उत्ते, खास तौर दे उत्ते जिहड़े ब्रैम्पटन नॉर्थ तो जिहड़े MPP ने, पार्लीमेंट्री सैकटरी भी ने, ग्रहम ग्रैगर, उन्होंने काफ़ी लंबी साडे नाल गलबात की सी। प्रीमियर ने जिस दिन अनाउंस किया से, असीं लाइव टैलीकास्ट किया सी प्रीमियर दी इस प्रेस कॉन्फ्रेंस नूं भी, पर बैटर अंडरस्टैंडिंग लई असीं खेचल दित्ती है डॉक्टर गुरजीत बाजवा होरां नूं। को जदों भी सानूं कोई जरूरत पवे इत्थों दे हैल्थ केयर सिस्टम बारे असीं मोस्टली इहनां नाल गल करदे हां। डॉक्टर बाजवा स्वागत करदे, सति श्री अकाल। सति श्री अकाल सरी साहब जी, सानूं दिओ थोड़ी जानकारी। प्रीमियर ने तो बड़े दावे नाल इह गल कही है कि जिहड़े ये हिप सर्जरी, नी सर्जरी, कैटरैक्ट सर्जरी जां इस तरह दी जिहड़ियां सर्जरीज ने जिहड़ियां साल साल डेढ़ डेढ़ दो दो साल लोगों नूं वेट करनी पैंदी है, वह हुण नहीं करनी पएगी, वह थोड़ी जल्दी हो जाएगियां क्योंकि वह एक पैरल प्राइवेट हैल्थ केयर सिस्टम भी लिया रहे हैं। हालांकि उन्होंने बार बार ये गल दोहराई उस दिन कि तुहानूं वह हिप कार्ड ही वरतना पएगा, ना कि तुहानूं तुहाडा कोई क्रैडिट कार्ड वरतना पएगा। सो बिल्कुल घबराओ ना, तुहानूं कोई पैसा इहदे लई वक्खरे तौर पर नहीं देना पैना, यह उस ही वह हिप कार्ड का ही सिस्टम का ही हिस्सा बनेगा। पर समझ तो बाहर है कि फिर जो मौजूदा सिस्टम से काम नहीं सी चल रहा, लंबी लंबी लाइना लगिया, लंबी लंबी वेट टाइम है, हुण किवें यह टाइम घट जाएगा और हुण किवें बैटर सर्विस मिल जाएगियां? ਸਾਈ ਸਾਹਿਬ, ਥੋੜ੍ਹੀ ਜਿਹੀ ਬੈਕਗਰਾਊਂਡ ਇਹਦੇ ਦੱਸ ਦੇਵਾਂ ਕਿ ਪਿਛਲੇ ਤਕਰੀਬਨ 10 ਸਾਲਾਂ ਤੋਂ ਨਾ ਸਰਜਰੀ ਦੀ ਬੈਕਲੌਗ ਸ਼ੁਰੂ ਹੋ ਗਈ ਹੋਈ ਸੀ, ਤੇ ਜਿੱਥੇ ਮਤਲਬ ਕੁਝ ਹਫ਼ਤਿਆਂ ਦੇ ਵਿੱਚ ਤੁਹਾਨੂੰ ਸਰਜਰੀ ਹੋਣੀ ਚਾਹੀਦੀ ਸੀ, ਹੌਲੀ ਹੌਲੀ ਕੁਝ ਮਹੀਨਿਆਂ ਤੱਕ ਚੱਲ ਗਈ ਸੀ ਤੇ ਹੁਣ ਤਕਰੀਬਨ 1-2 ਸਾਲਾਂ ਤੱਕ ਚੱਲ ਗਈ ਸੀ। 10 ਸਾਲਾਂ ਤੋਂ ਇਹ ਪ੍ਰੋਬਲਮ ਆ ਰਹੀ ਹੈ। ਕੋਵਿਡ ਕਰਕੇ ਕਾਫ਼ੀ ਜ਼ਿਆਦਾ ਹੋ ਗਈ ਸੀ ਕਿਉਂਕਿ ਉਦੋਂ ਹਸਪੀਟਲਸ ਬੰਦ ਹੋ ਗਏ ਸੀ ਤੇ ਸਰਜਰੀਜ਼ ਬੰਦ ਹੋ ਗਈਆਂ ਸੀ। ਸੋ ਇਹਦੇ ਕਰਕੇ ਇਹ ਜਿਹੜਾ ਬੈਕਲੌਗ ਹੋ ਗਿਆ ਹੋਇਆ, ਸੋ ਇਹ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਇਸ ਬੈਕਲੌਗ ਨੂੰ ਘਟਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਇੰਨਾ ਲੰਮਾ ਸਮਾਂ ਉਡੀਕਣਾ ਤਕਲੀਫ ਦੇ ਵਿੱਚ ਇਹ ਜਾਇਜ਼ ਨਹੀਂ ਹੈ। ਸੋ ਇਸ ਕਰਕੇ ਇਹ ਕੰਮ ਤਾਂ ਕਰਨਾ ਹੀ ਪੈਣਾ ਸੀ। ਸੋ ਤੇ ਉਹਦੇ ਵਿੱਚ ਹੁਣ ਇਸ਼ੂ ਇਹ ਆ ਰਿਹਾ ਕਿ ਉਹ ਕਿਵੇਂ ਕਰੀਏ, ਸਾਰਾ ਰੌਲਾ ਇਸ ਚੀਜ਼ ਦਾ ਕਿ ਕਿਵੇਂ ਕਰੀਏ। ਸ਼ੁੱਡ ਵੀ ਡੂ ਦਿਸ ਇਨ ਦੀ ਪ੍ਰਾਈਵੇਟ ਸੈਕਟਰ ਜਾਂ ਇਸ ਆਲਰੇਡੀ ਜਿਹੜਾ ਪਬਲਿਕ ਸੈਕਟਰ ਹੈ ਉਹਦੇ ਵਿੱਚ ਕਰੀਏ। ਸੋ ਜਿਹੜੇ ਮੌਜੂਦੀ ਸਰਕਾਰ ਹੈ ਉਹਨਾਂ ਨੇ ਇਹ ਆਖਿਆ ਕਿ ਨਹੀਂ, ਅਸੀਂ ਇਹ ਪ੍ਰਾਈਵੇਟ ਤਰੀਕੇ ਦੇ ਨਾਲ ਕਰਨਾ, ਆਊਟ ਆਫ ਹਸਪਿਟਲ ਫੋਰ ਪ੍ਰੋਫਿਟ ਵਾਸਤੇ ਕਰ ਸਕਦੇ ਹਾਂ, ਤੇ ਉਸ ਤਰੀਕੇ ਨਾਲ ਅਸੀਂ ਇਸ ਬੈਕਲੌਗ ਨੂੰ ਘਟਾਵਾਂਗੇ। ਮਤਲਬ ਇਹ ਹੈ ਕਿ ਜਿਹੜੀ ਇਹ ਸਰਜਰੀਜ਼ ਹੈ ਇਹਨਾਂ ਨੂੰ ਹਸਪਿਟਲ ਚੋਂ ਕੱਢ ਕੇ ਪ੍ਰਾਈਵੇਟ ਕਲੀਨਿਕਸ ਦੇ ਵਿੱਚ ਕਰਾਂਗੇ ਤੇ ਇਹ ਜ਼ਿਆਦਾ ਇਫੀਸ਼ੀਐਂਟ ਰਹਿਣਗੇ ਤੇ ਛੇਤੀ ਹੋ ਜਾਣਗੀਆਂ। ਉਹਦੇ ਵਿੱਚ ਇਹਨਾਂ ਨੇ 3 ਫੇਜ਼ ਸ਼ੁਰੂ ਕਰਨੇ ਆ, ਜਿਹਦੇ ਵਿੱਚ ਸਭ ਤੋਂ ਪਹਿਲਾਂ ਕਰਨਗੇ ਅੱਖਾਂ ਦਾ ਆਪਰੇਸ਼ਨ, ਜਿਹੜਾ ਮੋਤੀਆ ਦਾ ਆਪਰੇਸ਼ਨ ਹੁੰਦਾ, ਕੈਟਰੈਕਟ ਸਰਜਰੀ ਜਿਹੜੀ ਆਲਰੇਡੀ ਚੱਲਦੀ ਹੈ। ਸੋ ਇਸ ਚੀਜ਼ ਦਾ ਇਹਨਾਂ ਨੇ ਇਮੀਡੀਏਟਲੀ ਸ਼ੁਰੂ ਕਰ ਦੇਣਾ। ਉਸ ਤੋਂ ਬਾਅਦ ਸੈਕਿੰਡ ਸਟੈਪ ਹੈ ਜਿਹੜਾ, ਉਹ ਤੇ ਹੈਗਾ ਕਿ ਸਕੋਪ ਜਿਹੜੇ ਹੁੰਦੇ ਆ, ਜਿਹੜੇ ਮੂੰਹ ਚੋਂ ਪਾ ਕੇ ਜਾਂ ਨੀਚੋਂ ਪਾ ਕੇ ਸਕੋਪ ਕਰਦੇ ਆ, ਇਹ ਤਕਰੀਬਨ ਇਸ ਸਾਲ ਦੇ ਐਂਡ ਦੇ ਵਿੱਚ ਸ਼ੁਰੂ ਕਰਨਗੇ। ਥਰਡ ਸਟੈਪ ਜਿਹੜਾ ਲਾਸਟ ਸਟੈਪ ਇਹ ਹੈ ਕਿ ਜਿਹੜੀ ਜੁਆਇੰਟ ਰਿਪਲੇਸਮੈਂਟ ਸਰਜਰੀ, ਜਿਹੜੇ ਚੂੜਾ ਬਦਲਣਾ, ਗੋਡਾ ਬਦਲਣਾ, ਉਹ ਲਾਸਟ ਸਟੈਪ ਹੈ, ਉਹ ਅਗਲੇ ਸਾਲ ਤਕਰੀਬਨ ਸ਼ੁਰੂ ਕਰਨਗੇ। ਇਹ ਤਾਂ ਕਰ ਰਹੇ ਕਿਉਂਕਿ ਇਹ ਸਾਰੀਆਂ ਸਰਜਰੀਜ਼ ਜਿਹੜੀਆਂ ਮੰਨੀਆਂ ਜਾਂਦੀਆਂ ਕਿ ਲੋਅ ਰਿਸਕ ਸਰਜਰੀਆਂ, ਜਿਹੜੀ ਹਾਈ ਰਿਸਕ ਹੈ ਉਹ ਤਾਂ ਓਬਵੀਅਸਲੀ ਹਸਪਿਟਲ ਦੇ ਵਿੱਚ ਕਰਨੀ ਚਾਹੀਦੀ ਹੈ ਕਿਉਂਕਿ ਜੇ ਪ੍ਰੋਬਲਮ ਆਵੇ ਤਾਂ ਘੱਟੋ ਘੱਟ ਸਾਂਭ ਤਾਂ ਸਕੀਏ, ਪਰ ਇਹ ਹੈਗੀਆਂ ਲੋਅ ਰਿਸਕ ਸਰਜਰੀ, ਤਾਂ ਕਰਕੇ ਇਹ ਕਰਨਾ ਚਾਹੁੰਦੇ ਆ। ਪ੍ਰੋਪਰ ਜਿਹੜੇ ਆਪਰੇਸ਼ਨ ਥੀਏਟਰ ਬਣੇ ਹੋਏ ਹੈ, ਉਹ ਸਾਰਾ ਇਕਵਿਪਮੈਂਟ ਜਿਹੜਾ ਚਾਹੀਦਾ ਹੁੰਦਾ ਆਪਰੇਸ਼ਨ ਵਾਸਤੇ, ਉਹ ਸਾਰਾ ਕੁਝ ਅਵੇਲੇਬਲ ਹੈ, ਔਰ ਇਹ ਡਾਕਟਰ ਕੌਣ ਹੋਣਗੇ? ਕਿਉਂਕਿ ਓਵਰ ਬਰਡਨ ਨਹੀਂ ਹੋ ਜਾਣਗੇ ਡਾਕਟਰ? ਡਾਕਟਰ ਤੇ ਆਲਰੇਡੀ ਜਿਹੜੇ ਆ ਉਹ ਪਹਿਲਾਂ ਹੀ ਓਵਰ ਬਰਡਨ ਨੇ। ਸੋ ਸਾਈ ਸਾਹਿਬ, ਇਹ ਆਲਰੇਡੀ ਕੁਝ ਕਲੀਨਿਕਸ ਆਲਰੇਡੀ ਹੈਗੀਆਂ ਪਰ ਥੋੜੀਆਂ, ਹੁਣ ਇਹ ਸੁਜੈਸਟਨ ਇਹਨਾਂ ਦੇ ਇਹ ਹੈ ਕਿ ਹੁਣ ਨਵੀਆਂ ਬਣਾਈਏ। ਸੋ ਇਹ ਤੇ ਤੁਸੀਂ ਕਹਿੰਦੇ ਇਕਵਿਪਮੈਂਟ ਹੈ ਨਹੀਂ, ਇਹ ਇਕਵਿਪਮੈਂਟ ਆਏਗਾ, ਹਲੇ ਤਾਂ ਖਰੀਦਿਆ ਜਾਏਗਾ, ਉਹ ਬਿਲਡਿੰਗਸ ਬਣਨਗੀਆਂ, ਉਸ ਤੋਂ ਬਾਅਦ ਇਹ ਸਭ ਕੁਝ ਸ਼ੁਰੂ ਹੋਏਗਾ। ਜੇ ਤੁਸੀਂ ਡਾਕਟਰਸ ਦੀ ਗੱਲ ਕਰਦੇ, ਡਾਕਟਰਸ ਦੀ ਇਸ ਵੇਲੇ ਸਰਜਰੀਜ਼ ਵਾਸਤੇ ਬਹੁਤੀ ਕਮੀ ਨਹੀਂ ਹੈਗੀ,
ਜਿਹੜੀ ਕਮੀ ਹੈਗੀ ਆ ਉਹ ਨਰਸਿਸ ਦੀ ਆ ਸੋ ਇਹ ਇੱਕ ਬੜੀ ਵੱਡੀ ਪ੍ਰੋਬਲਮ ਆਉਣੀ ਹੈ ਕਿ ਜਿਹੜੀਆਂ ਨਰਸਿਸ ਆਲਰੇਡੀ ਹਸਪੀਟਲ ਦੇ ਵਿੱਚ ਕੰਮ ਕਰਦੀਆਂ ਉਹ ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚੋਂ ਛੱਡ ਕੇ ਤੇ ਪ੍ਰਾਈਵੇਟ ਕਲੀਨਿਕ ਦੇ ਵਿੱਚ ਸਾਫ਼ ਸੁਥਰੀ ਕਲੀਨਿਕ ਦੇ ਵਿੱਚ ਜਾ ਕੇ ਮੰਡੇ ਟੂ ਫਰਾਈਡੇ ਕੰਮ ਕਰਨਾ ਕੋਈ ਵੀਕਐਂਡ ਨਹੀਂ ਕੰਮ ਕਰਨਾ ਪਏਗਾ ਕੋਈ ਓਵਰਨਾਈਟ ਸ਼ਿਫਟ ਨਹੀਂ ਲਾਉਣੀ ਪਏਗੀ ਤੇ ਉਹ ਕਿਹੜੀ ਨਰਸ ਹੋਏਗੀ ਜਿਹੜੇ ਮਤਲਬ ਉਹ ਇਸ ਪਾਸੇ ਵੱਲ ਨਹੀਂ ਜਾਏਗੀ ਸੋ ਇਸ ਕਰਕੇ ਉਹ ਇਹ ਡਰ ਹੈ ਕਿ ਜਿਹੜੀ ਆਲਰੇਡੀ ਸਾਨੂੰ ਐਮਰਜੈਂਸੀ ਸਰਜਰੀਜ਼ ਵਾਸਤੇ ਨਰਸਿਸ ਦੀ ਲੋੜ ਹੈ ਹਸਪੀਟਲ ਦੇ ਵਿੱਚ ਉਹਨਾਂ ਨੇ ਛੱਡ ਕੇ ਦੂਜੇ ਪ੍ਰਾਈਵੇਟ ਕਲੀਨਿਕ ਚਲੇ ਜਾਣਾ ਤੇ ਜਿੱਥੇ ਅੱਗੇ ਨਰਸਿਸ ਦੀ ਸ਼ੋਰਟੇਜ ਉਹ ਹੋਰ ਹੋ ਜਾਣੀ ਹੈ ਸੋ ਇਹ ਇੱਕ ਬੜੀ ਵੱਡੀ ਪ੍ਰੋਬਲਮ ਆਣੀ ਹੈ ਜਿਹੜੀ ਨਰਸਿਸ ਦੀ ਕਮੀ ਹੋ ਜਾਣੀ ਹੈ ਜੀ ਇੱਕ ਲਾਸਟ ਕੁਐਸਚਨ ਫਿਰ ਤੁਹਾਨੂੰ ਮੀਨਾਕਸ਼ੀ ਹੋਰਾਂ ਨੇ ਵੀ ਸਵਾਲ ਪੁੱਛਣਾ ਹੈ ਉਹ ਇਹ ਹੈ ਕਿ ਇਹਨਾਂ ਨੇ ਹੁਣ ਇਹ ਕਿਹਾ ਕਿ ਜਿਹੜੇ ਬਾਹਰਲੇ ਸੂਬਿਆਂ ਤੋਂ ਜਿਹੜੇ ਵੀ ਹੈਲਥ ਕੇਅਰ ਪ੍ਰੋਫੈਸ਼ਨਲਸ ਨੇ ਉਹ 'ਚ ਡਾਕਟਰ ਵੀ ਨੇ ਨਰਸਾਂ ਵੀ ਨੇ ਕਿ ਜੋ ਅੰਟਾਰੀਓ 'ਚ ਆਉਣਾ ਚਾਹੁੰਦੇ ਤਾਂ ਅਸੀਂ ਕੋਈ ਟੈਸਟ ਨਹੀਂ ਲਵਾਂਗੇ ਉਹਨਾਂ ਨੂੰ ਕੋਈ ਹੁਣ ਆਪਣੀ ਕੁਆਲੀਫਿਕੇਸ਼ਨ ਨੂੰ ਇੰਪਰੂਵ ਕਰਨ ਦੀ ਅਪਗ੍ਰੇਡ ਕਰਨ ਦੀ ਲੋੜ ਨਹੀਂ ਸਿੱਧਾ ਹੀ ਲੈ ਲਵਾਂਗੇ ਤਾਂ ਕੋਈ ਕਿਉਂ ਛੱਡ ਕੇ ਅੰਟਾਰੀਓ 'ਚ ਆਵੇ ਆਪਣੇ ਜਿਸ ਸੂਬੇ 'ਚੋਂ ਜੋਬ ਸਰਵਿਸ ਕਰ ਰਿਹਾ ਜੋਬ ਦੇ ਰਿਹਾ ਨੰਬਰ 1 ਕਿੱਥੋਂ ਫਿਰ ਡਾਕਟਰ ਜਾਂ ਜਿਹੜਾ ਸਟਾਫ ਹੋਰ ਸਾਰਾ ਚਾਹੀਦਾ ਅੰਟਾਰੀਓ ਨੂੰ ਬਹੁਤ ਜ਼ਿਆਦਾ ਲੋੜ ਹੈ ਇਸ ਲਈ ਜਿਸ ਤਰ੍ਹਾਂ ਮੀਨਾਕਸ਼ੀ ਹੋਰਾਂ ਨੇ ਹੁਣ ਗੱਲ ਕੀਤੀ ਹੈ ਕਿ 1 ਮਿਲੀਅਨ ਲੋਕ ਐਸੇ ਨੇ ਜਿਹੜੇ ਫੈਮਿਲੀ ਫਿਜ਼ੀਸ਼ੀਅਨ ਤੋਂ ਵਾਂਝੇ ਨੇ ਹਜੇ ਵੀ ਤਾਂ ਦੂਜੇ ਪਾਸੇ ਜਿਹੜੇ ਬਾਹਰੋਂ ਆਏ ਹੋਏ ਟ੍ਰੇਨ ਡਾਕਟਰਸ ਨੇ ਉਹ ਇੱਥੇ ਕੰਮ ਨਹੀਂ ਕਰ ਪਾ ਰਹੇ ਉਹਨਾਂ ਨੂੰ ਇੱਥੇ ਇਮੀਡੀਏਟਲੀ ਸਿਸਟਮ ਦੇ ਵਿੱਚ ਮਰਜ ਕਰਨ ਵਾਸਤੇ ਕੋਈ ਬਹੁਤੀ ਤੇਜ਼ੀ ਨਹੀਂ ਨਜ਼ਰ ਆ ਰਹੀ ਸਰਕਾਰ ਵਾਲੇ ਪਾਸਿਓਂ ਕੋਈ ਸਿਸਟਮ ਨਹੀਂ ਨਜ਼ਰ ਆ ਰਿਹਾ ਕਹਿ ਜ਼ਰੂਰ ਦਿੰਦੇ ਆ ਤਾਂ ਇਹ ਜਿਹੜੀ ਸ਼ਾਰਟੇਜ ਹੈ ਸਟਾਫ ਦੀ ਇਹ ਕਿਵੇਂ ਪੂਰੀ ਹੋਏਗੀ ਨਰਸਿਸ ਦੀ ਜਿਹੜੀ ਸ਼ੋਰਟੇਜ ਹੈ ਉਹ ਤਾਂ ਸਿਰਫ ਇਹ ਹੈ ਕਿ ਇੱਕ ਉਹ ਇੰਨਾ ਜ਼ਿਆਦਾ ਔਖਾ ਨਹੀਂ ਹੈਗਾ ਉਹ ਜਿਹੜੀ ਬਾਹਰੋਂ ਨਰਸਿਸ ਆਉਂਦੀਆਂ ਉਹਨਾਂ ਦੀਆਂ ਟ੍ਰੇਨਿੰਗ ਕੁਆਲੀਫਿਕੇਸ਼ਨ ਦੇਖ ਕੇ ਉਹਨਾਂ ਨੂੰ ਲਾਇਸੈਂਸ ਦੇਣਾ ਬਹੁਤ ਜ਼ਿਆਦਾ ਔਖਾ ਨਹੀਂ ਹੈਗਾ ਉਹ ਥੋੜੇ ਜਿਹੇ ਸਾਲਾਂ 'ਚ ਹੋ ਜਾਏਗਾ 1-2 ਸਾਲਾਂ ਦੇ ਵਿੱਚ ਉਹ ਚੀਜ਼ ਜਿਹੜੀ ਹੈਗੀ ਹੈ ਉਹ ਕਮੀ ਪੂਰੀ ਹੋ ਸਕਦੀ ਹੈ ਬਾਹਰੋਂ ਬਹੁਤ ਨਰਸਿਸ ਹੈ ਜਿਹੜੀ ਵੈਲ ਟ੍ਰੇਨਡ ਹੈ ਜਿਹੜੀ ਆ ਕੇ ਇੱਥੇ ਕੰਮ ਕਰ ਸਕਦੀਆਂ ਤੇ ਪਲੱਸ ਆਲਰੇਡੀ ਇਹਨਾਂ ਨੇ ਸਪੋਟਸ ਵਧਾ ਦਿੱਤੇ ਹੋਏ ਆ ਸਕੂਲਸ ਦੇ ਵਿੱਚ ਜਿੱਥੇ ਨਰਸਿਸ ਕੰਮ ਕਰ ਸਕਦੀ ਹੈ ਨਰਸਿਸ ਗ੍ਰੈਜੂਏਟ ਹੋ ਸਕਦੀਆਂ ਉਹ ਕਮੀ ਪੂਰੀ ਹੋ ਜਾਏਗੀ ਡਾਕਟਰਸ ਦੀ ਕਿਹੜੀ ਕਮੀ ਹੁੰਦੀ ਹੈ ਉਹ ਥੋੜੀ ਜਿਹੀ ਜ਼ਿਆਦਾ ਔਖੀ ਹੁੰਦੀ ਹੈ ਕਿਉਂਕਿ ਇੱਕ ਡਾਕਟਰ ਨੂੰ ਇੱਥੇ ਟ੍ਰੇਨ ਕਰਨ ਨੂੰ ਹਾਈ ਸਕੂਲ ਤੋਂ ਬਾਅਦ ਤਕਰੀਬਨ 10 ਸਾਲ ਲੱਗ ਜਾਂਦੇ ਆ ਸੋ ਇਹ ਚੀਜ਼ ਜਿਹੜੀ ਹੈ ਇਹ ਕਾਫੀ ਦੇਰ ਤੋਂ ਇਹਨਾਂ ਦੀ ਪੂਰ ਪਲੈਨਿੰਗ ਚੱਲ ਰਹੀ ਹੈ ਪਹਿਲਾਂ ਹੀ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਡਾਕਟਰ ਦੀ ਸ਼ੋਰਟੇਜ ਆ ਪਹਿਲਾਂ ਹੀ 10 ਸਾਲ ਪਹਿਲਾਂ ਹੀ ਕਰ ਲੈਂਦੇ ਉਹ ਚੀਜ਼ ਇਹਨਾਂ ਨੇ ਅਣਗਹਿਲੀ ਕੀਤੀ ਨਹੀਂ ਕੀਤਾ ਉਹਨਾਂ ਨੇ ਹੁਣ ਦਾ ਅਦਰ ਇਸ਼ੂ ਤੁਸੀਂ ਜਿਹੜੇ ਕਹਿੰਦੇ ਆ ਕਿ ਬਾਹਰੋਂ ਟ੍ਰੇਨਡ ਡਾਕਟਰਸ ਨੂੰ ਇੱਥੇ ਮਿਲ ਜਾਣੀ ਚਾਹੀਦੀ ਹੈ ਲਾਇਸੈਂਸ ਹਾਂ ਇਹ ਚੀਜ਼ ਹੋ ਸਕਦੀ ਹੈ ਤੇ ਹੋ ਵੀ ਰਹੀ ਹੈ ਪਰ ਉਹ ਥੋੜੇ ਘੱਟ ਰੇਟ ਤੇ ਹੋ ਰਹੀ ਹੈ ਕਿਉਂਕਿ ਇਹ ਇਹੋ ਜਿਹੀ ਚੀਜ਼ ਹੈ ਜਿਹੜੀ ਡਾਕਟਰੀ ਜਿਹੜੀ ਇਹਦੇ ਵਿੱਚ ਕੁਆਲਿਟੀ ਦੀ ਕਮੀ ਕਦੀ ਵੀ ਨਹੀਂ ਹੋਣੀ ਚਾਹੀਦੀ ਕਿਉਂਕਿ ਬਾਹਰੋਂ ਟ੍ਰੇਨ ਡਾਕਟਰਸ ਜਿਹੜੇ ਹੁੰਦੇ ਆ ਹਾਂ ਕਈ ਇਹੋ ਜਿਹੇ ਹੈਗੇ ਜਿਹੜੇ ਹੱਦੋਂ ਵੱਧ ਚੰਗੇ ਨੇ ਤੇ ਜਿਨ੍ਹਾਂ ਦੀ ਮਤਲਬ ਬਹੁਤ ਪਿੱਛੇ ਵੀ ਰਿਸਪੈਕਟ ਹੈਗੀ ਸੀ ਉਹਨਾਂ ਦੀ ਤੇ ਹੁਣ ਇੱਥੇ ਵੀ ਹੋ ਸਕਦੀ ਹੈ ਪਰ ਔਨ ਦੀ ਆਪੋਜ਼ਿਟ ਸਾਈਡ ਇਹੋ ਜਿਹੇ ਵੀ ਡਾਕਟਰਸ ਹੈਗੇ ਆ ਜਿਹੜੇ ਬਾਹਰੋਂ ਟ੍ਰੇਨਡ ਹੈ ਜਿਹੜੇ ਮਤਲਬ ਕਾਫੀ ਘੱਟ ਕੁਆਲਿਟੀ ਦੇ ਆਪਾਂ ਕਹਿ ਸਕਦੇ ਹਾਂ ਤੇ ਜੇ ਉਹਨਾਂ ਨੂੰ ਫੁੱਲ ਲਾਇਸੈਂਸ ਦਿੱਤੀ ਜਾਵੇ ਤੇ ਇੰਡੀਪੈਂਡੈਂਟ ਉਹਨਾਂ ਨੂੰ ਪ੍ਰੈਕਟਿਸ ਦਿੱਤੀ ਜਾਵੇ ਤੇ ਫਿਰ ਉਹ ਅੱਛੀ ਗੱਲ ਨਹੀਂ ਹੈਗੀ ਕਿਉਂਕਿ ਆਪਣੇ ਹੌਲੀ ਹੌਲੀ ਇਸ ਚੀਜ਼ ਦੀ ਜਿਹੜੀ ਆਪਾਂ ਇੰਨੀ ਰਿਸਪੈਕਟ ਦਿੰਦੇ ਹਾਂ ਉਹ ਕੁਆਲਿਟੀ ਹੌਲੀ ਹੌਲੀ ਘੱਟਦੀ ਜਾਏਗੀ ਸੋ ਇਸ ਕਰਕੇ ਇਸ ਚੀਜ਼ ਦਾ ਥੋੜਾ ਜਿਹਾ ਖਿਆਲ ਰੱਖਣਾ ਪੈਣਾ ਉਹਨਾਂ ਨੂੰ